अकाल चैनल नू सब्सक्राइब करो, नवी वीडियोस दी नोटिफिकेशन दे ले बेल आइकन नू क्लिक करना ना भूलना। नहीं नहीं, खट्टर साहब इन्हां दा ना एक पंजाबियां बारे बहुत वड्डा भुलेखा सी, पर इन्हां नू ये नहीं पता भी पंजाब दी जिहड़ी कौम आ, पंजाब दे लोक आ, ओह गुरु गोबिंद सिंह जी दी अंश चों आ, जिन्हां ने मुगलां दीआं घोड़ियां दीआं टापां फड़ लईआं सी। ते मोदी मूदी होरी ते की चीज आ, खट्टर होरी की चीज आ, तुहानूं मिल जाण ओह ते फिर उन्हां नू की होगे, सानूं दिओ नूं जफ्फी पाओगे? ना जी ना जी, जफ्फी ਅਸੀਂ ਛੱਡੋ, ਕਦੇ ਧੱਕੇ ਮਾਰਾਂਗੇ ਇਹਨੂੰ। ਜੇ ਇੱਕ ਗੱਲ ਕਹਿਣਾ ਪੰਜਾਬੀਆਂ ਨੂੰ, ਵੀ ਜੇ ਤੁਹਾਡੇ ਵਿੱਚ ਅਣਖਤਾ ਆਪਣੇ ਚ ਹੈਗੀ ਆ, ਮੋਦੀ ਨੂੰ ਦਿਖਾ ਦੀ, ਹੁਣ ਇੰਨੀ ਕਣਖ ਆਪਦੀ ਕਾਇਮ ਰੱਖੋ ਵੀ ਜੇ ਧਰਮਿੰਦਰ ਆਉਂਦਾ ਜਾਂ ਸੰਨੀ ਦਿਓਲ ਆਉਂਦਾ, ਇੱਕ ਜੂਤ ਲਾ ਲਿਓ ਤੇ ਕਸਰ ਨਾ ਛੱਡਿਓ ਉਹਨਾਂ ਨੂੰ ਛੱਤਰ ਮਾਰਨ ਦੀ। ਜਾ ਕੇ ਹੁਣ ਦਿੱਲੀ ਦੇ ਜਿਹੜਾ ਮੈਂ ਕਹਿਣਾ ਕਿਲਾ, ਉਹਦੇ ਉੱਤੇ ਕਿਸਾਨ, ਕਿਸਾਨੀ, ਕਿਸਾਨ ਏਕਤਾ ਦਾ ਝੰਡਾ ਬੁਲੰਦ ਕਰਨਾ, ਤੇ ਮੋਦੀ ਨੂੰ ਇਹ ਬਿੱਲ ਵਾਪਸ ਹੀ ਲੈਣੇ ਪੈਣੇ ਆ। ਸ਼ਿੰਗੂ ਬਾਰਡਰ ਤੇ ਇਸ ਟਾਈਮ ਦੇ ਉੱਤੇ ਦਿੱਲੀ ਦੇ ਜਿੱਥੇ ਕਿ ਭਾਰੀ ਤਾਦਾਦ ਦੇ ਵਿੱਚ ਕਿਸਾਨ ਪਹੁੰਚੇ ਆ, ਇੱਥੇ ਨੌਜਵਾਨ ਪਹੁੰਚੇ ਆ, ਕੇਵਲ ਪੰਜਾਬ ਦਾ ਜਾਂ ਹਰਿਆਣੇ ਦਾ ਕਿਸਾਨ ਨਹੀਂ, ਪੂਰੇ ਭਾਰਤ ਵਰਸ਼ ਦਾ ਕਿਸਾਨ ਆ। ਜੇ ਦੇਸ਼ ਨੂੰ ਆਜ਼ਾਦ ਕਰਾਉਣ ਦੀ ਗੱਲ ਚੱਲੀ ਸੀ, ਜਦੋਂ ਦੇਸ਼ ਨੂੰ ਆਜ਼ਾਦ ਕਰਵਾਇਆ ਗਿਆ ਸੀ, 80 ਤੋਂ ਵੱਧ % ਕੁਰਬਾਨੀਆਂ ਜਿਹੜੀਆਂ ਕਿ ਇਕੱਲੇ ਪੰਜਾਬੀਆਂ ਨੇ ਦਿੱਤੀਆਂ ਸੀ। ਇਸ ਟਾਈਮ ਦੇ ਉੱਤੇ ਜੇ ਕਿਸਾਨੀ ਦੀ ਗੱਲ ਹੋ ਰਹੀ ਆ, ਤੇ ਪੂਰੇ ਭਾਰਤ ਵਰਸ਼ ਦਾ ਕਿਸਾਨ ਇੱਥੇ ਪਹੁੰਚਿਆ ਹੈ, ਤੇ ਭਾਰੀ ਤਾਦਾਦ ਦੇ ਵਿੱਚ ਇੱਥੇ ਨੌਜਵਾਨ ਪਹੁੰਚਿਆ, ਖਾਸ ਕਰਕੇ ਪੰਜਾਬ ਤੋਂ, ਕਿਉਂਕਿ ਕਿਹਾ ਜਾਂਦਾ ਕਿ ਜਦੋਂ ਕ੍ਰਾਂਤੀ ਆਉਂਦੀ ਹੈ ਨਾ, ਕ੍ਰਾਂਤੀ ਪੰਜਾਬ ਤੇ ਉੱਠਦੀ, ਤੇ ਐਰਕੀ ਵੀ ਜਿਹੜੀ ਕ੍ਰਾਂਤੀ ਆ ਪੰਜਾਬ ਤੇ ਉੱਠੀ ਆ। ਪੰਜਾਬ ਦੇ ਜਦੋਂ ਕਿਸਾਨ ਜਾਗਰੂਕ ਹੋਏ, ਉਹਨਾਂ ਨੂੰ ਪਤਾ ਲੱਗਾ ਇਹ ਸਾਡੇ ਵਿਰੋਧ ਦੇ ਵਿੱਚ ਆ, ਇਹ ਕਾਰਪੋਰੇਟ ਘਰਾਣਾ ਸਾਨੂੰ ਕਾਬਜ ਬਣਨਾ ਚਾਹੁੰਦਾ ਵਾ ਪੰਜਾਬ ਦੀ ਧਰਤੀ ਉੱਤੇ, ਜਾਂ ਵੱਖਰੇ ਵੱਖਰੇ ਲੋਕੇਸ਼ਨਾਂ ਤੋਂ ਗੱਲ ਕਰੀਏ ਹਰਿਆਣੇ ਦੀ ਜ਼ਮੀਨ ਆ, ਉਹਨਾਂ ਨੂੰ ਪਤਾ ਚੱਲ ਚੁੱਕਾ ਸਾਰਿਆਂ ਨੂੰ, ਤੇ ਪੰਜਾਬ ਤੋੜਦਾ ਵਾ, ਲਾਮ ਲਸ਼ਕਰ ਤੋੜਦਾ, ਉੱਥੋਂ ਕਾਫਲੇ ਚੱਲਦੇ ਆ ਕਿਸਾਨ ਜਥੇਬੰਦੀਆਂ ਦੇ ਪਿੱਛੇ, ਉਹਦੇ ਵਿੱਚ ਨੌਜਵਾਨ ਸੀ, ਟਰਾਲੀਆਂ ਦੇ ਕਾਫਲੇ ਸੀ, ਉੱਥੋਂ ਚੱਲਦੇ ਹੋਏ ਸ਼ੰਭੂ ਬਾਰਡਰ ਦੇ ਪਹੁੰਚਦੇ ਆ। ਬਾਰਡਰ ਦੇ ਉੱਤੇ ਕੰਡਿਆਲੀ ਤਾਰ ਲੱਗੀ ਸੀ, ਕੰਡਿਆਲੀ ਤਾਰ ਨੂੰ ਟੱਪਿਆ ਜਾਂਦਾ ਵਾ, ਉਹ ਤੋਂ ਬਾਅਦ ਥੋੜ੍ਹਾ ਜਿਹਾ ਅੱਗੇ ਜਾ ਕੇ ਫਿਰ ਬਾਰਡਰ ਸੀਲ ਕੀਤਾ ਸੀ। ਸਾਰਾ ਕੁਝ ਅਕਾਲ ਚੰਦ ਦੇ ਮਤਲਬ, ਤੁਸੀਂ ਵੇਖਿਆ ਕਿ ਜਗ੍ਹਾ ਜਗ੍ਹਾ ਦੇ ਉੱਤੇ ਪਾਣੀ ਦੀਆਂ ਵਿਛਾੜਾਂ ਵੱਜੀਆਂ, ਪਰ ਨੌਜਵਾਨੀ ਦਾ ਉਤਸ਼ਾਹ ਜਿਹੜਾ ਥੱਲਿਆ ਨਹੀਂ ਸੀ ਜਾਂਦਾ। ਨੌਜਵਾਨ ਪਹੁੰਚ ਚੁੱਕੇ ਸੀ ਇਸ ਸਿੰਘੂ ਬਾਰਡਰ ਤੇ, ਸ਼ੰਭੂ ਬਾਰਡਰ ਤੋਂ ਚੱਲੇ ਸੀ, ਸਿੰਘੂ ਬਾਰਡਰ ਦਿੱਲੀ ਦੇ ਵਿੱਚ ਪਹੁੰਚੇ, ਸੋਨੀਪਤ ਵਿੱਚ ਰੋਕਿਆ ਗਿਆ, ਪਾਣੀਪਤ ਚ ਰੋਕਿਆ ਗਿਆ, ਇੱਥੇ ਆਣ ਕੇ ਫਿਰ ਰੋਕ ਲਿਆ। ਇੱਥੇ ਤੇ ਰੋਕਣਾ ਉਹਨਾਂ ਦਾ ਬਣਦਾ ਹੀ ਸੀ, ਕਿਉਂਕਿ ਕਿਸਾਨ ਤੇ ਪਹਿਲਾਂ ਕਹਿ ਰਹੇ ਸੀ ਕਿ ਰੁਕਾਂਗੇ ਅਸੀਂ ਇੱਥੇ ਹੀ ਰਵਾਂਗੇ ਅਸੀਂ ਦਿੱਲੀ ਦੇ ਬਾਰਡਰ ਦੇ ਉੱਤੇ, ਅੱਗੇ ਤਾਂ ਤੁਸੀਂ ਬੇਸ਼ੱਕ ਜਗ੍ਹਾ ਦੇ ਦਿੱਤੀ ਆ, ਪਰ ਅਸੀਂ ਅੱਗੇ ਨਹੀਂ ਜਾਵਾਂਗੇ। ਇਹ ਲੋਕੇਸ਼ਨ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ, ਚਾਰ ਚੁਫੇਰੇ ਜਿਵੇਂ ਕਿ ਇੱਕ ਮੇਲਾ ਲੱਗ ਚੁੱਕਾ ਵਾ, ਹਰ ਇੱਕ ਪਾਸਿਓਂ ਇੱਥੇ ਲੋਕ ਪਹੁੰਚ ਰਹੇ ਆ। ਪੰਜਾਬ ਦੀ ਕਿਸਾਨ ਹੀ ਨਹੀਂ ਇਕੱਲੇ ਪਹੁੰਚੇ, ਇੱਥੇ ਹਰਿਆਣਾ, ਰਾਜਸਥਾਨ, ਉੱਤਰਾਖੰਡ, ਯੂਪੀ ਤੇ ਹਰ ਇੱਕ ਬਾਰਡਰ ਦੀ ਗੱਲ ਕਰੀਏ, ਇਸ ਟਾਈਮ ਦਿੱਲੀ ਦੇ ਲਗਭਗ ਜ਼ਿਆਦਾ ਬਾਰਡਰ ਜਿਹੜੇ ਸੀਲ ਹੋ ਚੁੱਕੇ ਆ। ਇਧਰਲੇ ਪਾਸੇ ਸਟੇਜ ਲੱਗੀ ਆ, ਉਹ ਸਟੇਜ ਦੀਆਂ ਤਸਵੀਰਾਂ ਜਿਹੜੀਆਂ ਲਗਾਤਾਰ ਤੁਹਾਨੂੰ 26 ਤਰੀਕ ਤੋਂ ਤੁਹਾਨੂੰ ਦਿਖਾ ਰਿਹਾ, ਜੋ ਵੀ ਇੱਥੇ ਐਕਟੀਵਿਟੀ ਹੋ ਰਹੀ ਆ। ਸਾਡੇ ਨਾਲ ਇੱਥੇ ਨੌਜਵਾਨ ਵੀਰ ਆ ਕੁਝ ਜੁੜੇ ਹੋਏ, ਆਪਾਂ ਗੱਲਬਾਤ ਕਰਦੇ ਹਾਂ, ਨਾਮ ਪੁੱਛਦੇ ਹਾਂ, ਕਿਹੜੀ ਜਗ੍ਹਾ ਤੋਂ ਆਏ ਵੀਰ ਜੀ, ਕੀ ਸ਼ੁਭਨਾਮ ਜੀ? ਬਾਈ ਜੀ, ਮੇਰਾ ਨਾਮ ਰਾਣਾ ਚਹਿਲ ਆ ਜੀ। ਕਿਹੜੀ ਜਗ੍ਹਾ ਤੋਂ ਆਏ ਤੁਸੀਂ? ਮੈਂ ਜੀ ਲੰਬੀ ਤੋਂ ਡਿਸਟ੍ਰਿਕਟ। ਕਿੱਦਾਂ? ਕਦੋਂ ਤੋਂ ਆਏ ਸਾਨੂੰ ਹੋ ਗਏ 2-3 ਦਿਨ ਹੋ ਗਏ ਜੀ ਆਏ ਨੂੰ। ਹੋ ਗਏ ਇੱਥੇ, ਕੀ ਲੱਗਦਾ ਤੁਹਾਨੂੰ ਜੋ ਕੁਝ ਹੋ ਰਿਹਾ ਵਾ? ਸਾਡਾ ਲੋਕਤੰਤਰ, ਜਿੱਥੇ ਕਿ ਲੋਕਤੰਤਰ ਦੇ ਵਿੱਚ ਲੋਕਾਂ ਦੀ ਆਵਾਜ਼ ਵੱਡੀ ਹੁੰਦੀ ਆ, ਪਰ ਲੋਕਾਂ ਦੀ ਆਵਾਜ਼ ਸ਼ਾਇਦ ਮੋਦੀ ਤੱਕ ਪਹੁੰਚ ਨਹੀਂ। ਇਹ ਦੇਖੋ ਬਾਈ ਜੀ, ਸਾਡਾ ਜਿਹੜਾ ਲੋਕਤੰਤਰ ਆ ਉਹਦੇ 'ਚ ਪਹਿਲੀ ਜਿਵੇਂ ਕਲੋਜ਼ ਆ ਜਾਂਦਾ, ਦੇ ਆਰ ਟਾਕਿੰਗ ਅਬਾਊਟ ਅ ਫੈਡਰਲ ਸਟਰਕਚਰ। ਫੈਡਰਲ ਸਟਰਕਚਰ ਦੀਆਂ ਗੱਲ ਆ, ਬਰਾਬਰ ਦੇ ਅਧਿਕਾਰ ਹਰੇਕ ਸਟੇਟਾਂ ਨੂੰ, ਹਰੇਕ ਨੂੰ ਆਪਦੀ ਆਵਾਜ਼ ਰੱਖਣ ਲਈ ਬਰਾਬਰ ਦੇ ਅਧਿਕਾਰ। ਪਰ ਤੁਸੀਂ ਦੇਖੋ ਕਿੱਥੇ ਤਾਂ ਅਸੀਂ ਕੌਂਸਟੀਟਿਊਸ਼ਨ ਦੀਆਂ ਗੱਲਾਂ ਕਰਦੇ ਹਾਂ, ਅਤੇ ਕਿੱਥੇ ਨਾਲ ਹੀ ਅਸੀਂ ਜਿਹੜੇ ਆਪਦੀਆਂ ਹੱਕੀ ਹਕੂਕਾਂ ਮੰਗਦੇ ਆ, ਪ੍ਰੋਟੈਸਟ ਸ਼ਾਂਤਮਈ ਢੰਗ ਨਾਲ ਕਰਦੇ ਆ, ਉਹਨਾਂ ਨੂੰ ਅਸੀਂ ਰੋਕਦੇ ਹਾਂ। ਇੱਕ ਦੇਖੋ, ਜਦੋਂ ਇਕੁਅਲ ਰਾਈਟਸ ਦੀ ਗੱਲ ਕੀਤੀ ਜਾਂਦੀ ਹੈ, ਕੋਈ ਵੀ ਸਟੇਟ ਦਾ ਬੰਦਾ ਕਿਤੇ ਵੀ ਜਾ ਕੇ ਗੱਲ ਕਰ ਸਕਦਾ। ਅਸੀਂ ਪੰਜਾਬੀ ਹਾਂ, ਅਸੀਂ ਪੰਜਾਬੀ ਹੋਣ ਦੇ ਨਾਤੇ ਜਾ ਕੇ ਦਿੱਲੀ ਆਪਦੀ ਗੱਲ ਕਰ ਸਕਦੇ, ਜੰਤਰ ਮੰਤਰ 'ਤੇ ਆ ਕੇ ਆਪਦਾ ਬੜਾ ਪੀਸਫੁਲੀ ਧਰਨਾ ਦੇ ਸਕਦੇ ਸੀ। ਨਹੀਂ ਦੇਣਾ ਤੁਹਾਨੂੰ ਦਿੱਲੀ ਦੇ ਵਿੱਚ ਤਾਂ ਬਾਰਡਰ, ਉਹ ਤਾਂ ਭੁੱਲ ਜਾਣ, ਵੜਨ ਨਹੀਂ ਦੇਣਾ ਉਹਨਾਂ ਨੇ ਤਾਂ ਬਹੁਤ ਸੋਚਿਆ ਸੀ ਕਿ ਅਸੀਂ ਇੱਥੇ ਵੀ ਨਹੀਂ ਆਉਣ ਦੇਣਾ। ਖੱਟਰ ਸਾਹਿਬ ਕਹਿੰਦੇ ਤੁਹਾਨੂੰ ਹਰਿਆਣੇ 'ਚ ਨਹੀਂ ਵੜਨ ਦੇਣਾ? ਨਹੀਂ ਨਹੀਂ, ਉਹ ਖੱਟਰ ਸਾਹਿਬ ਇਹਨਾਂ ਦਾ ਨਾ ਇੱਕ ਪੰਜਾਬੀਆਂ ਬਾਰੇ ਬਹੁਤ ਵੱਡਾ ਭੁਲੇਖਾ ਸੀ, ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਪੰਜਾਬ ਦੀ ਜਿਹੜੀ ਕੌਮ ਆ, ਪੰਜਾਬ ਦੇ ਲੋਕ ਆ, ਉਹ ਗੁਰੂ ਗੋਬਿੰਦ ਸਿੰਘ ਜੀ ਦੀ ਅੰਸ਼ ਚੋਂ ਆ, ਜਿਨ੍ਹਾਂ ਨੇ ਮੁਗਲਾਂ ਦੀਆਂ ਘੋੜਿਆਂ ਦੀਆਂ ਟਾਪਾਂ ਫੜ ਲਈਆਂ ਸੀ। ਤੇ ਮੋਦੀ ਮੋਦੀ ਹੋਰੀ ਤਾਂ ਕੀ ਚੀਜ਼ ਆ, ਖੱਟੜ ਹੋਰੀ ਕੀ ਚੀਜ਼ ਆ? ਤੇ ਇਹ ਦੇਖੋ ਕਿੱਡਾ ਵੱਡਾ ਇੱਕ ਜਨ ਸਲਾਬ ਚੱਲਿਆ, ਕੂਚ ਕਰਕੇ ਅੱਜ ਹਰੇਕ ਪੰਜਾਬੀ ਨੇ ਆਪਦਾ ਪੰਜਾਬੀ ਹੋਣ ਦਾ ਫਰਜ਼ ਨਿਭਾਇਆ, ਤੇ ਇੱਥੇ ਧਰਨੇ ਦੇ ਉੱਪਰ ਪਹੁੰਚੇ ਆ। ਚਾਹੇ 2-3 ਦਿਨ ਪਹਿਲਾਂ ਦੀਆਂ ਗੱਲਾਂ ਸੀ ਜਦੋਂ ਬੈਰੀਗੇਸ਼ਨ ਕੀਤੀ ਗਈ, ਬਹੁਤ ਵੱਡੇ ਸਾਨੂੰ ਰੋਕਣ ਦੀ, ਉੱਥੇ ਸਾਡੇ 'ਤੇ ਅਥਰੂ ਗੈਸ ਦੇ ਗੋਲੇ ਛੱਡੇ ਗਏ, ਪਰ ਫਿਰ ਵੀ ਪੰਜਾਬੀ ਪਹੁੰਚ ਚੁੱਕੇ ਆ। ਅਤੇ ਸਭ ਤੋਂ ਵੱਡਾ, ਮੈਂ ਜਿੱਥੇ ਮੋਦੀ ਸਾਹਿਬ ਨੂੰ ਲਾਣਤ ਤਾਂ ਦਿੰਦਾ ਇਹਨਾਂ ਬਿੱਲਾਂ ਨੂੰ ਲੈ ਕੇ, ਪਰ ਮੈਂ ਇਸ ਚੀਜ਼ ਦੀ ਵੀ ਮੋਦੀ ਸਾਹਿਬ ਨੂੰ ਇੱਕ ਕਰਦਾ ਵੀ ਜਿੱਥੇ ਪੰਜਾਬੀਆਂ ਅਤੇ ਹਰਿਆਣੇ ਵਾਲਿਆਂ ਨੂੰ ਬਹੁਤ ਚਿਰ ਦੇ ਲੜਾ ਕੇ ਰੱਖਿਆ ਸੀ ਪਾਣੀ ਦੇ ਮੁੱਦੇ 'ਤੇ, ਅਤੇ ਅੱਜ ਭਵਾਤੀ ਚੰਗੀ ਭਵਾਤੀ ਸਾਡੀ ਪੰਜਾਬ ਦਾ ਪਿਆਰ ਬਣਾਤਾ, ਤੇ ਆਵਾਜ਼ ਵੀ ਬਣਦਾ ਨਾ ਮੋਦੀ ਸਾਹਿਬ ਦਾ। ਧੰਨਵਾਦ ਧੰਨਵਾਦ ਵੀ ਕਰਦੇ ਹਾਂ ਇਸ ਗੱਲ ਨੂੰ ਲੈ ਕੇ ਕਿ ਹਰਿਆਣੇ ਦੇ ਭਾਈ ਸਾਡੇ ਨਾਲ ਆ ਕੇ ਖੜ ਗਏ।
ਤੇ ਸਾਡੇ ਪਿੱਛੇ ਚੱਲ ਰਹੇ ਆ ਉਹਨਾਂ ਨੇ ਪੰਜਾਬੀਆਂ ਲਈ ਜਿੱਥੇ ਪੋਲੀਟੀਕਲ ਕਲਾਸ ਨੇ ਬੜੇ ਇੱਕ ਮਨਾਂ ਦੇ ਵਿੱਚ ਵੈਰ ਵਿਰੋਧ ਪਾ ਰੱਖੇ ਸੀ ਉਹ ਦੂਰ ਹੋ ਗਏ ਉਹਨਾਂ ਨੂੰ ਪਤਾ ਲੱਗ ਗਿਆ ਕਿ ਪੰਜਾਬ ਨੂੰ ਹਰਿਆਣੇ ਦਾ ਹਰਿਆਣੇ ਨੂੰ ਪੰਜਾਬ ਦਾ ਪਤਾ ਲੱਗ ਗਿਆ ਕਿ ਸਾਡੇ ਭਾਈ ਆ हर एक इतने जो भी किसान पहुंच रहा है अगवाई पंजाब ने की बेचक पर इस टाइम हरियाणा नाल यूपी नाल उत्तराखंड नाल राजस्थान नाल पूरे भारतवर्ष नाल जिथे भी किसानी की गल होंगी सारे इतने पहुंच रहे हैं अगवाई बेशक पंजाब ने क्योंकि क्रांति जो होंगी है ना कहते कि पंजाब की धरती उठती है भावें नौजवान तो जे बजुर्ग लैके आना असी तो 90% दी कुरबानियां भारत देश नूं आजाद कराने वास्ते भी दित्तियां वह भी पंजाबियों ने इस टाइम के उत्ते कुरबानी दी जा रही एक पासे साडा जवान जिहड़ा सरहद ते गोलियां खा रहा दूजे पासे बजुर्ग ते साडे नौजवान जिहड़े आ उह दिल्ली नूं सुनेहा दे रहे कि क्यों ये काले कानून क्यों नहीं वापस करा रहे तुहानूं लगता अड़ियल वतीरा जिहड़ा सरकार ने अपनाया ये काले कानून वापस लैणगे भाई जी ये कानून वापस उन्होंने लेने ही पैने क्योंकि जी डिक्टेटरशिप आ तानाशाही आ ये पंजाबियों के उत्ते नहीं चल सकती ये मोदी ने उधर यूपी दे चला ली सी पहला कितने होर चला ली सी पर पंजाबियों ने हमेशा अगवाई की आपदी कौम की तुसी देखो बाबा बघेल सिंह होरी हो गए बाबा बंदा सिंह बहादुर वर्गे हो गए उन्होंने दिल्ली नूं फतेह किया तो अज भी उन्होंने वारसा सी सारे पंजाबी जिन्हें आए हैं तो अज दिल्ली के उत्ते कूच करके अज फैसले वास्ते गए मन गए तो चंगी गल आ तो नहीं इत्थे अड़े आ भला साल डेढ़ साल दो साल इत्थे बहना पवे इत्थे ही बैठे हैं पछाता पानी चलू बिल्कुल बिल्कुल चली आंदा जी घरों ये कह के आए हैं भी मुड़िए चाहे ना मुड़िए पर असी संघर्षा लई आपदे संघर्षा लई उत्थे खड़ांगे नौजवानी का बड़ा वड्डा इकट्ठ आ जी आपां कलाकार भाईचारे की गल करिए बहुत भारी तादाद विच कलाकार इत्थे पहुंच चुके आ ते कुछ चंद कलाकार आ जिहड़े पंजाबी तो रोटी खांदे सी पंजाबी मां बोली की गल करदे सी पंजाबी नूं उन्होंने खाधा पंजाबी मां बोली तो खाधा पर उह इस टाइम ते एक वारी आवाज़ भी नहीं बन सके भाई जी क्योंकि उन्होंने जिहड़े परसनल इंट्रस्ट जुड़े आ सब तो वड्डा लानती गुरदास मान ਕਿੰਨਾ ਪੰਜਾਬੀਆਂ ਨੇ ਉਹਨੂੰ ਪਿਆਰ ਦਿੱਤਾ ਹਰੇਕ ਥਾਂ ਤੇ ਚੱਕਿਆ ਸਾਡੇ ਜ਼ਿਮੀਂਦਾਰਾਂ ਦੇ ਸਾਡੇ ਖਾੜਿਆਂ ਤੇ 10-10 ਲੱਖ ਰੁਪਈਆ ਲਿਜਾਂਦਾ ਰਿਹਾ ਹਰੇਕ ਪ੍ਰੋਗਰਾਮ ਤੋਂ ਕਿਤੇ ਇੱਕ ਇੰਟਰਵਿਊ 'ਚ ਆਇਆ ਵੀ ਸੀ ਕਹਿੰਦਾ ਮੈਂ ਪੰਜਾਬੀਆਂ ਦੇ ਸਹਾਰੇ ਆਪਦੀ ਇੱਕ ਸਫਾਰੀ ਗੱਡੀ ਲਈ ਸੀ ਉਦੋਂ ਜਦੋਂ ਕਹਿੰਦਾ ਇੱਕ ਸਫਾਰੀ ਦਾ ਨਾਂ ਹੁੰਦਾ ਸੀ ਅੱਜ ਉਹ ਇੰਨਾ ਕੁ ਕ੍ਰਿਤਕਾਨ ਹੋ ਗਿਆ ਵੀ ਸਾਡੇ ਪੰਜਾਬੀਆਂ ਦੇ ਹੱਕ ਦੇ 'ਚ ਆਵਾਜ਼ ਨਹੀਂ ਉਠਾਈ ਦਲਜੀਤ ਦੁਸਾਂਝ ਕਿੰਨਾ ਉਹਨਾਂ ਨੂੰ ਪਿਆਰ ਦਿੱਤਾ ਪੰਜਾਬੀਆਂ ਨੇ ਅੱਜ ਕੰਗਣਾ ਰਣੌਤ ਨੇ ਜੇ ਟਵੀਟ ਕੀਤਾ ਸੀ ਉਹਦੇ ਰੀਟਵੀਟ ਦੇ 'ਚ ਉਹਨੂੰ ਲਾਹਨਤ ਪਾਉਣੀ ਚਾਹੀਦੀ ਸੀਗੀ ਪਰ ਉਹਨੇ ਕੁਛ ਨਹੀਂ ਬੋਲਿਆ ਸਨੀ ਦਿਓਲ ਧਰਮਿੰਦਰ ਹੋਰੀ ਫਿਲਮਾਂ ਦੇ 'ਚ ਕਾਰਾਂ ਚੱਕ ਚੱਕ ਕੇ ਮਾਰਦੇ ਆ ਮੈਂ ਧਰਮ ਕਾ ਬੜਾ ਵਧੀਆ ਪੁੱਟਿਆ ਸੀ ਉਹਨੇ ਪਾਕਿਸਤਾਨ ਜਾ ਕੇ ਸ਼ਾਇਦ ਹੁਣ ਚੇਤਾ ਭੁੱਲ ਗਿਆ ਉਹ ਬਾਈ ਜੀ ਉਹ ਜਿਹੜੇ ਨਲਕੇ ਆ ਨਾ ਫਿਲਮਾਂ ਵਾਲੇ ਨਲਕੇ ਹੀ ਆ ਹੁਣ ਤਾਂ ਮੈਨੂੰ ਲੱਗਦਾ ਸ਼ਾਇਦ ਉਹਦਾ 2.5 ਕਿਲੋ ਦਾ ਤਾਂ ਹੁਣ ਆ ਕੇ ਪੰਜਾਬੀਆਂ ਦੇ ਸਾਹਮਣੇ ਖੜੇ ਵੀ ਪੰਜਾਬੀਆਂ ਦੇ ਕਿੰਨੇ ਕਿੰਨੇ ਦੇ ਕਿਲੋ ਦੇ ਉਹ ਦੱਸ ਰਿਹਾ ਹੋਈ ਸੀ ਨਾ ਉਦੋਂ ਇੱਕ ਡੈਲਪ ਬੋਲਿਆ ਸੀਗਾ ਕਿ ਮੈਂ ਗਦਰ ਫਿਲਮ ਵਿੱਚ ਜਿਸ ਪਿੰਡ ਵਿੱਚ ਸ਼ੂਟਿੰਗ ਹੋਈ ਸੀ ਨਾ ਨਲਕਾ ਪੱਟਣ ਦੀ ਉਸ ਪਿੰਡ ਵਿੱਚ ਜਾ ਕੇ ਕਹਿੰਦਾ ਮੈਂ ਨਲਕਾ ਪਿੰਡ 'ਚ ਨਲਕਾ ਪੱਟਿਆ ਤੇ ਮੈਂ ਸਨੀ ਦਿਓਲ ਨੂੰ ਦੱਸਣਾ ਚਾਹੁੰਦਾ ਮੈਂ ਤੁਹਾਡਾ ਫੈਨ ਆ ਚਲੋ ਮੰਨ ਲੈਂਦਾ ਤੁਹਾਡਾ ਫੈਨ ਆ ਫੈਨ ਹੀ ਅਜੇ ਹੁਣ ਮੈਂ ਤੁਹਾਡਾ ਫੈਨ ਨਹੀਂ ਹੈਗਾ ਤੁਹਾਡੀ ਲਈ ਮੈਂ ਉੱਥੇ ਪਬਲਿਕ ਸਿਟੀ ਜਾ ਕੀਤੀ ਸੀ ਤੁਹਾਡੇ ਵਾਸਤੇ ਮੈਂ ਉੱਥੇ ਜਾ ਕੇ ਇਲੈਕਸ਼ਨ ਦੇ ਵਿੱਚ ਤੁਹਾਡੀ ਕੰਪੇਨ ਕੀਤੀ ਸੀ ਪਰ ਤੁਸੀਂ ਮੇਰੀ ਕੰਪੇਨ ਦਾ ਕੋਈ ਮੈਨੂੰ ਮੁੱਲ ਨਹੀਂ ਮੁੱਲ ਆਵੇਂ ਤਾਂ ਕਰੋਗੇ ਕੰਪੇਨ ਨਾ ਜੀ ਨਾ ਕਦੇ ਵੀ ਨਹੀਂ ਕੰਪੇਨ ਕਰਾਂਗੇ ਮੰਨ ਲਓ ਤੁਹਾਨੂੰ ਮਿਲ ਜਾਣ ਉਹ ਤੇ ਫਿਰ ਉਹਨੂੰ ਕੀ ਹੋ ਕੇ ਸਨੀ ਦਿਓਲ ਨੂੰ ਜੱਫੀ ਪਾਓਗੇ ਨਾ ਜੀ ਨਾ ਜੱਫੀ ਫਿਰ ਅਸੀਂ ਛੱਡੋ ਕਦੇ ਧੱਕੇ ਮਾਰਾਂਗੇ ਇਹਨੂੰ ਜੇ ਕਦੇ ਮਿਲਣ ਵੀ ਆਏਗਾ ਕਹਾਂਗੇ ਚੱਲ ਪੰਜਾਬੀ ਪੁੱਤ ਹਾਂ ਧਰਮਿੰਦਰ ਸਾਹਿਬ ਵੀ ਕਹਿੰਦੇ ਮੈਂ ਪੰਜਾਬ ਦਾ ਪੁੱਤ ਦੇਖੋ ਜੀ ਉਹ ਕਹਿੰਦਾ ਸੀ ਜੇ 2.5 ਕਿਲੋ ਖਾਦ ਜਬ ਕਿਸੇ ਪੇ ਪੜਤਾ ਹੈ ਨਾ ਬੰਦਾ ਉੱਠਦਾ ਨਹੀਂ ਉੱਠ ਜਾਂਦਾ ਮੈਂ ਕਹਿੰਦਾ ਇਹ ਤੂੰ ਹੁਣ ਉਹ ਤੂੰ ਡੈਡੀ ਕੋ ਬੋਲੇ ਸੀਗੇ ਸਨੀ ਦਿਓਲ ਜੀ ਤੇ ਹੁਣ ਤੁਸੀਂ ਤੁਹਾਨੂੰ ਅਸਲੀ ਪਿਓ ਦੇ ਪੁੱਤ ਹੋ ਤੇ ਹੁਣ ਆ ਕੇ ਮਿਲੋ ਜੇ ਸਨੀ ਜੇ ਤੁਸੀਂ ਧਰਮਿੰਦਰ ਜੇ ਧਰਮਿੰਦਰ ਜੀ ਕਹਿੰਦੇ ਨਾ ਕਿ ਮੈਂ ਪੰਜਾਬ ਦਾ ਪੁੱਤ ਹਾਂ ਧਰਮਿੰਦਰ ਜੀ ਆ ਕੇ ਕਿਸਾਨਾਂ ਦੇ ਕੱਟ 'ਚ ਆ ਕੇ ਬੈਠੋ ਉਹ ਬੰਬੇ 'ਚ ਜਾ ਕੇ ਏਸੀ ਰੂਮ 'ਚ ਜਾਂ ਹੀਟਰ ਰੂਮ 'ਚ ਨਾ ਬੈਠੋ ਇੱਥੇ ਆ ਕੇ ਮਿਲੋ ਸਾਨੂੰ ਵੀਰ ਨੇ ਕੰਪੇਨਿੰਗ ਕੀਤੀ ਸੀ ਉਸ ਟਾਈਮ ਦੇ ਉੱਤੇ ਕਹਿੰਦੇ ਕਿ ਮੈਂ ਆਵਾਜ਼ ਬਣਿਆ ਸੀ ਉਹਦੇ ਕੋਈ ਮੁੱਲ ਨਹੀਂ ਪਾਇਆ ਨਾ ਲੋਕ ਬਾਈ ਜੀ ਇੱਕ ਗੱਲ ਸੁਣੋ ਜਿਹੜਾ ਮੈਂ ਪਹਿਲਾਂ ਕਈ ਵਾਰੀ ਮੈਂ ਗੱਲਬਾਤ ਹੋਰ ਚੈਨਲਾਂ ਨਾਲ ਵੀ ਹੁੰਦੀ ਰਹਿੰਦੀ ਆ ਜਿਹੜੇ ਫਿਲਮੀ ਲੋਕ ਹੁੰਦੇ ਨੇ ਪ੍ਰੋਫੈਸ਼ਨਲ ਲੋਕ ਹੁੰਦੇ ਆ ਕਮਰਸ਼ੀਅਲ ਲੋਕ ਹੁੰਦੇ ਆ ਇਹਨਾਂ ਨੇ ਸਿਰਫ ਭਾਵਨਾਵਾਂ ਨਾਲ ਖੇਡਣਾ ਹੁੰਦਾ ਸਾਡੀਆਂ ਨਾਲ ਕਿਉਂਕਿ ਕੈਸ਼ ਕਰਨਾ ਹੁੰਦਾ ਫਿਲਮ ਦੀ ਜਦੋਂ ਪ੍ਰਮੋਸ਼ਨ ਆਉਂਦੀ ਹੈ ਮੈਂ ਪੰਜਾਬ ਦਾ ਪੁੱਤ ਮੈਂ ਫਲਾਨਾ ਪੁੱਤ ਧਿਮਕਾ ਪੁੱਤ ਤੇ ਆ ਪੰਜਾਬੀ ਵੇਖ ਲੈਣ ਪੈਸੇ ਆ ਜਾਣ ਪੰਜਾਬ ਦੇ ਚ ਇੱਕ ਗੱਲ ਕਹਿਣਾ ਪੰਜਾਬੀਆਂ ਨੂੰ ਵੀ ਜੇ ਤੁਹਾਡੇ ਵਿੱਚ ਅਣਖ ਤਾਂ ਆਪਣੇ 'ਚ ਹੈਗੀ ਆ ਮੋਦੀ ਨੂੰ ਦਿਖਾ ਦੀ ਹੁਣ ਇੰਨੀ ਕਣਕ ਆਪਦੀ ਕਾਇਮ ਰੱਖੋ ਵੀ ਜੇ ਧਰਮਿੰਦਰ ਆਉਂਦਾ ਜਾਂ ਸਨੀ ਦਿਓਲ ਆਉਂਦਾ ਇੱਕ ਜੂਤ ਲਾ ਲਿਓ ਤੇ ਕਸਰ ਨਾ ਛੱਡਿਓ ਉਹਨਾਂ ਨੂੰ ਛੱਤਰ ਮਾਰਨ ਦੀ ਗੁਰਦਾਸ ਮਾਨ ਨੂੰ ਵੀ ਝੰਬ ਦਿਓ ਗੁਰਦਾਸ ਮਾਨ ਸਾਡਾ ਕਿਹੜਾ ਬਾਈ ਜੀ ਇੱਕ ਗੱਲ ਸੁਣੋ ਇਸ ਧਰਨੇ ਦੇ ਵਿੱਚ ਜਿਹੜਾ ਸਾਡੇ ਐਂਟੀ ਖੜਾ ਜਿਹੜਾ ਸਾਡਾ ਪੰਜਾਬੀ ਹੋ ਕੇ ਸਾਡੀ ਆਵਾਜ਼ ਨਹੀਂ ਚੁੱਕ ਰਿਹਾ ਉਹ ਸਾਡਾ ਵਿਰੋਧੀ ਆ ਚਾਹੇ ਉਹ ਕੋਈ ਮਰਜ਼ੀ ਹੋਵੇ ਦੇਖੋ ਸਰ ਜਿਸ ਤਰ੍ਹਾਂ ਵੀ ਗੱਲ ਕਰਦੇ ਕਿ ਸਵਾਲ ਕੀਤਾ ਸੀਗਾ ਇਹਨਾਂ ਨੂੰ ਕਿ ਗੁਰਦਾਸ ਮਾਨ ਦਾ ਮੈਂ ਤੇ ਪੰਜਾਬ ਵਾਸੀਆਂ ਨੂੰ ਸਾਰੀ ਇੱਕੋ ਕਹਿਣਾ ਚਾਹੁੰਦਾ ਵਾਂ ਇਹਦਾ ਪੱਕਾ ਬਾਈਕਾਟ ਕਰੋ ਕਿ ਜਿਹੜਾ ਇਹ ਪੰਜਾਬ ਵਿੱਚ ਵੜੇ ਨਾ ਜਿਹੜਾ ਇਹ ਡੇਰੇ ਜਾ ਕੇ ਬਹਿੰਦਾ ਵੇ ਮੈਂ ਤਾਂ ਡੇਰਾ ਵਾਸੀਆਂ ਨੂੰ ਕਹਿਣਾ ਚਾਹੁੰਦਾ ਕਿ ਡੇਰਾ ਵਾਸੀਓ ਜੇ ਤੁਸੀਂ ਜੇ ਸੱਚੇ ਪੰਜਾਬੀ ਹੋ ਨਾ ਤਾਂ ਇਹਦਾ ਬਾਈਕਾਟ ਕਰੋ
ठीक है, जिन्हें डेरा प्रेमी ने जिन्हें बाबा मुराद शाह जाते हैं, मैं ही बाबा मुराद शाह जाना वा, ये पक्का बाइक जाने तो मिलते होने फिर उत्थे करो गल एक नहीं जाके कि आ की काम कर। देखो जी जे कि परसनली मैं मिले तो मैं जरूर उन्होंने ये गल करा, पर वो कहते हर जेठे वीरवार होंगे, मैं जेठे वीरवार जाऊंगा। वीरवार तो पहरा दे दो पक्का है कि मैं बिल्कुल बिल्कुल हर जेठे वीरवार मैं जाऊंगा, जिथे भी मिले जो मिले मैं उदो जाके इन्हों का मैं विरोध करा, अपने पिंडों जिन्हें मेरे बंदे मुंडे यार दोस्त हुए उन्होंने खड़ के इन्हों का पक्का विरोध करा। गुरदास मान का दलजीत दोसांझ ना चाहिए कि जो इसे ही पिंडा इन्ह दुसांझ पिंडा उठ के वे हाई लेवल च गया, दुसांझ जी उक्का नहीं आ रही कि मैं की कर रहा, पंजाब के हकों में खड़ना चाहिए, वो बाहर कनेडा अमेरिका न्यूजीलैंड जाके बैठे ने। हाँ जी देखो जी साडे वास्ते नहीं कट्ठे कर रहे, मैं लगता पैसे पूरे लैन गए कि किसानों बहुत वड्डी लोड़ पै गई। नहीं 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 भाई लानती बंदे आ जे किसानों बारे कोई सोचते भी होंगे एक अद्धा रीट्वीट कर देंगे। इस वेले बड़ी साड़ी जिहड़ी सिचुएशन हैगी उदां दी होई पई आ, मैं हरेक पंजाबी नूं बेनती करदा भी इन्हां लोकां नूं समझो, इन्हां तों बचो जिहड़े साडे इमोशनस नाल खेड के चाहे पॉलिटिशियनस हैगे आ चाहे मीडिया नाल रिलेटड बंदे आ जिहड़े साडे ਇਹਦੇ ਨਾਲ ਖੇਡਦੇ ਇਮੋਸ਼ਨਸ ਨਾਲ ਤੇ ਸਾਨੂੰ ਕੈਸ਼ ਆਊਟ ਕਰਦੇ ਆ। ਗਰੇਵਾਲ ਵੀਰ ਜਿਹੜਾ ਹਰ ਸਟੇਜ ਤੇ ਲਗਭਗ ਪਹੁੰਚ ਰਿਹਾ ਵਾ, ਹਰ ਭਜਨ ਮਾਨ ਦੀ ਗੱਲ ਕਰੀਏ ਹਰ ਸਟੇਜ ਤੇ ਪਹੁੰਚ ਰਿਹਾ ਵਾ, ਜਿੱਥੇ ਕਿ ਮੈਨੂੰ ਲੱਗਦਾ ਇਹ ਵੱਡੇ ਕਲਾਕਾਰਾਂ ਦੇ ਵਿੱਚ ਹੀ ਆਉਂਦੇ ਆ। ਜੇ ਗੁਰਦਾਸ ਮਾਨ ਤੁਸੀਂ ਗੱਲ ਕੀਤੀ ਸੀ ਵੱਡੇ ਕਲਾਂ ਦੇ ਵਿੱਚ, ਉਹ ਜਦੋਂ ਇਹਨਾਂ ਸਟੇਜਾਂ ਤੇ ਆਉਂਦੇ ਆ ਤੇ ਉਹ ਆਮ ਲੋਕਾਂ ਦੇ ਵਿੱਚ ਬੈਠੇ ਹੁੰਦੇ ਆ। ਬਾਈ ਜੀ ਉਹ ਜਿਹੜੇ ਬੰਦੇ ਆ ਉਹ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਦੇ ਆ, ਪੰਜਾਬ ਦੇ ਨਾਲ ਜੁੜੇ ਆ, ਧਰਤੀ ਤੋਂ ਜੁੜੇ ਆ ਉਹ ਲੋਕ। ਜਦੋਂ ਬੰਦਾ ਇੱਥੋਂ ਬੰਬੇ ਜਾ ਵੜਿਆ ਤੇ ਉੱਥੇ ਜਾ ਕੇ ਉਹਦਾ ਦਿਮਾਗ ਖਰਾਬ ਹੋ ਜਾਂਦਾ, ਸ਼ਾਇਦ ਇਹ ਪੰਜਾਬ ਤੱਕਰ ਸਟੇਬਲ ਹੈਗੇ ਆ ਤੇ ਪੰਜਾਬੀਆਂ ਦੇ ਵਿੱਚ ਰਹਿੰਦੇ ਆ, 24 ਘੰਟੇ ਵਿਚਰਦੇ ਆ ਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਆ ਵੀ ਪੰਜਾਬੀ ਦੀ ਅਸਲ ਭਾਵਨਾਵਾਂ ਕੀ ਹੈਗੀਆਂ। ਬਹੁਤ ਮੈਂ ਕਹਿਣਾ ਕਿਸਾਨੀ ਦੇ ਪੁੱਤ ਗੱਲਾਂ ਕਰ ਲੈਣੀਆਂ, ਗੀਤਾਂ ਦੇ ਵਿੱਚ ਗੱਲਾਂ ਕਰ ਲੈਣੀਆਂ, ਮੈਨੂੰ ਲੱਗਦਾ ਜਿੱਦਾਂ ਨਲਕਾ ਪੁੱਟਣ ਦੀ ਕਹਾਣੀ ਸੀ ਉਹ ਕਹਾਣੀ ਹੈ ਨਾ, ਉਹ ਕਹਾਣੀ ਜਿਹੜੀ ਉਹ ਸੱਚ ਸਾਬਤ ਅੱਜ ਹੋ ਸਕਦੀ ਸੀ ਜੇ ਸਨੀ ਦਿਓਲ ਵੀ ਇਹਨਾਂ ਜਗ੍ਹਾ ਤੇ ਆ ਜਾਂਦੇ। ਬਾਈ ਜੀ ਜੇ ਜਗ੍ਹਾ ਤੇ ਆਉਣ ਦੀ ਗੱਲ ਨਹੀਂ ਸੀ, ਜਦੋਂ ਬਿੱਲ ਪਾਸ ਹੋਏ ਸੀਗੇ ਜਦੋਂ ਬਿੱਲਾਂ ਦੀ ਗੱਲਬਾਤ ਹੋ ਰਹੀ ਸੀ ਉਦੋਂ ਹੀ ਅਸਤੀਫਾ ਦੇ ਕੇ ਆ ਜਾਂਦੇ, ਫਿਰ ਪੰਜਾਬੀਆਂ ਦੀ ਬੜੀ ਸੁਨੇਹਾ ਕਿਸੇ ਤਰ੍ਹਾਂ ਦੇ ਸਕਦੇ ਸੀ, ਉਹ ਆਣ ਕੇ ਕਿਸਾਨਾਂ ਨੂੰ ਮਿਲ ਵੀ ਸਕਦੇ ਆ। ਜੇ ਉੱਥੇ ਗੁਰਦਾਸਪੁਰ ਦੀ ਗੱਲ ਕਰਦੇ ਤਾਂ ਵੋਟਾਂ ਲੈਣੀਆਂ ਹੁੰਦੀਆਂ ਨਾ, ਤਾਂ ਆਪਾਂ ਘਰ ਘਰ ਜਾਂਦੇ ਹਾਂ ਤੇ ਉਦੋਂ ਸਹੀ ਨਾ ਹਰ ਇੱਕ ਨੂੰ ਜੱਫੀ ਪਾਉਂਦੇ ਹਾਂ, ਤੇ ਇੱਕ ਜਿਹੜੇ ਮੰਤਰੀ ਆ ਨਾ ਸਾਡੇ ਇੱਕ ਸਟੰਟ ਬੜਾ ਕਰਦੇ ਹੁੰਦੇ ਆ ਕਿ ਆਮ ਗਰੀਬ ਪਰਿਵਾਰ ਵੇਖਣਾ ਉੱਥੇ ਬੈਠ ਕੇ ਰੋਟੀ ਖਾਣੀ, ਮੈਂ ਤੁਹਾਡੇ ਨਾਲ ਹਾਂ, ਉਹ ਤੋਂ ਬਾਅਦ ਚੋਂ ਗਰੀਬ ਵਿਚਾਰਾ ਉੱਥੇ ਹੀ ਰਹਿ ਜਾਂਦਾ, ਇਹ ਵੱਡੇ ਹੋ ਜਾਂਦੇ। ਨਹੀਂ ਇਹ ਤਾਂ ਬਾਈ ਜੀ ਸਾਨੂੰ ਸਮਝਣ ਦੀ ਲੋੜ ਆ ਨਾ, ਇਹ ਤਾਂ ਵੋਟਰ ਨੂੰ ਸਮਝਣ ਦੀ ਲੋੜ ਆ ਬਈ ਜਾਂਗੇ ਅਸੀਂ ਫਿਰ ਬਸ ਆ ਸਮਝਾਤਾ। ਆ ਦੇਖੋ ਤੁਸੀਂ ਸਾਰਿਆਂ ਨੂੰ ਸਮਝਾਤਾ ਜਿਹੜੇ ਲੋਕਾਂ ਨੇ ਪੰਜਾਬ ਦੇ ਨੇ ਮੋਦੀ ਨੂੰ ਲੱਗਦਾ ਇਨਕਲਾਬ ਹੀ ਆ। ਬਿਲਕੁਲ ਬਿਲਕੁਲ ਜੀ ਇਨਕਲਾਬ ਜਨ ਸਲਾਬ ਜਿਹਨੇ ਪੰਜਾਬ ਦਾ ਇਨਕਲਾਬ ਆ ਜੀ, ਇਹ ਪੰਜਾਬ ਦੇ ਜਾ ਕੇ ਹੁਣ ਦਿੱਲੀ ਦੇ ਜਿਹੜਾ ਮੈਂ ਕਹਿਣਾ ਕਿਲਾ ਉਹਦੇ ਉੱਤੇ ਕਿਸਾਨ ਕਿਸਾਨੀ ਕਿਸਾਨ ਏਕਤਾ ਦਾ ਝੰਡਾ ਬੁਲੰਦ ਕਰਨਾ ਤੇ ਮੋਦੀ ਨੂੰ ਇਹ ਬਿੱਲ ਵਾਪਸ ਹੀ ਲੈਣੇ ਪੈਣੇ ਆ।